ਬਾਰਿਸ਼ ਅੱਜ ਸੁਬਾਹ ਜੀ ਤਕਰੀਬਨ 4:30 ਵਜੇ ਦਾ ਕਿਣਮਿਣ ਜੀ ਹੋਣੀ ਸ਼ੁਰੂ ਹੋਈ ਸੀ ਅਤੇ ਬੱਦਲ ਆਲਮੋਸਟ ਸਾਰਾ ਘੁਲ ਗਿਆ। ਬਹੁਤ ਵਧੀਆ, ਜਾਣੀ 3-4 ਦਿਨ ਤੋਂ ਪਹਿਲਾਂ ਹੁੰਮਸ ਹੀ ਸੀਗੀ, ਜਿੱਦਾਂ ਕਿ ਪੜਾਸ ਜੀ ਮੈਨੂੰ ਮਹਿਸੂਸ ਹੋ ਰਿਹਾ ਜੀ, ਸਵੈਟ ਜੀ ਆ ਰਹੀ ਹੈ, ਘਬਰਾਹਟ ਜੀ ਹੋ ਰਹੀ ਹੈ, ਪਰ ਅੱਜ ਸਵੇਰੇ ਜਿਹੜਾ ਸੁਹਾਣਾ ਮੌਸਮ ਹੈ ਇੱਦਾਂ ਲੱਗਦਾ ਮੈਨੂੰ, ਐਂ ਫੀਲ ਆ ਰਿਹਾ ਵੀ ਜਿਵੇਂ ਪਹਾੜਾਂ 'ਚ ਫਿਰ ਰਹੇ ਹਾਂ, ਤਾਂ ਬੱਦਲ ਬੁੱਦਲ ਪਹਾੜਾਂ ਵਾਲਾ ਹੋਇਆ ਹੋਇਆ। ਦੇਖੋ ਜਿਹੋ ਜਿਹਾ ਅੱਜ ਦਾ ਮੌਸਮ ਲੱਗ ਰਿਹਾ ਜੀ, ਜਿਵੇਂ ਹੁਣ ਪੈ ਰਿਹਾ, ਮੈਨੂੰ ਲੱਗਦਾ ਪੱਖਾ ਵੀ ਬੰਦ ਕਰਨਾ ਪਊ, ਬਿਜਲੀ ਤਾਂ ਆਪੇ ਵੱਜ ਜਾਣੀ ਹੈ ਸਾਰੀ। ਅਤੇ ਜੇ ਮੀਂਹ ਪੈਂਦੇ ਰਹੇ ਹਲਕੇ ਤਕਰੀਬਨ ਆਲਮੋਸਟ, ਮੈਨੂੰ ਲੱਗਦਾ ਕੂਲਰ 'ਤੇ ਏ ਸੀ ਤਾਂ ਹੁਣੇ ਬੰਦ ਹੋ ਜਾਣਗੇ, ਇਕੱਲੇ ਪੱਖੀ ਰਹਿ ਜਾਣਗੇ ਜੀ। ਮੌਸਮ ਕਨਵਰਟ ਹੋ ਰਿਹਾ, ਸਰਦੀ ਸ਼ੁਰੂ ਹੋਣ ਲੱਗ ਗਈ ਜੀ। ਸਵੇਰੇ ਅਤੇ ਸ਼ਾਮ ਨੂੰ ਤਾਂ ਟੈਂਪਰੇਚਰ ਵੈਸੇ ਹੀ ਘੱਟ ਬਹੁਤ ਹੁੰਦਾ, ਦੁਪਹਿਰੇ ਦੁਪਹਿਰੇ ਥੋੜ੍ਹਾ ਲੱਗਦਾ, ਪਰ ਜੇ ਬਾਰਿਸ਼ਾਂ ਪੈਂਦੀਆਂ ਨੇ ਮੈਨੂੰ ਆਲਮੋਸਟ ਸਾਰਾ ਕੁਝ ਠੀਕ ਹੋ ਜਾਣਾ ਅਤੇ ਬੱਚਤ ਹੋਣੀ ਹੈ ਬਿਜਲੀ ਦੀ। ਸਾਡੇ ਤਾਂ ਸਕੂਲ ਨਹੀਂ ਜਾ ਰਿਹਾ, ਧੱਕੇ ਨਾਲ ਘਰ ਫਿਰ ਵੀ ਘਰ ਦੇ ਭੇਜ ਰਹੇ ਨੇ ਉਹਦਾ, ਚਲੋ ਕੋਈ ਗੱਲ ਨਹੀਂ, ਪਰ ਉਹਦੇ ਪਾਣੀ ਨਾਲ ਖੜਨ ਲੱਗ ਗਿਆ ਜੀ। ਅੱਜ ਕੱਲ੍ਹ ਪਹਿਲਾਂ ਨਹੀਂ ਨਾ ਖੜਦਾ ਸੀਗਾ, ਅੱਜ ਕੱਲ੍ਹ ਤਾਂ ਜਿਵੇਂ ਥੋੜ੍ਹੀ ਬਹੁਤੀ ਬਾਰਿਸ਼ ਹੋ ਰਹੀ ਆ ਥੋੜ੍ਹੀ ਦੇਰ ਤੋਂ, ਬੜਾ ਪਾਣੀ ਖੜਨ ਲੱਗ ਗਿਆ ਜੀ ਹੁਣ ਤਾਂ ਉਰੇ ਬਹੁਤ। ਦੇਖੋ ਬਾਰਿਸ਼ ਤੋਂ ਪਹਿਲਾਂ ਸਾਹਮਣੇ ਆਈ ਕਿੱਦਾਂ ਪਾਣੀ ਖੜਨ ਦਾ ਬਹੁਤ ਦਿੱਕਤ ਬਹੁਤ ਹੋ ਰਹੀ ਹੈ। ਤੁਸੀਂ ਕਿੱਥੇ ਜਾ ਰਹੇ ਸੀਗੇ ਜੀ? ਅਜੇ ਜੰਮੂ ਤੋਂ ਆਏ ਜੀ। ਅੱਛਾ, ਬਹੁਤ ਦਿੱਕਤ ਆਈ ਹੈ, ਬਾਜ਼ਾਰ 'ਚ ਬੜਾ ਖੜੇ, ਬਾਜ਼ਾਰ 'ਚ ਮੁੜ ਕੇ ਆਏ ਜੀ ਅੱਜ ਬਾਹਰ। ਆਪਣੇ ਵਾਲੇ ਕਿਹੜੇ ਖਾਸ ਕਰਕੇ ਇੱਥੇ ਇਹ ਬਾਰਿਸ਼ ਦਾ ਹੁਣ ਮਤਲਬ ਜਿਹੜੀ ਪੈ ਰਹੀ ਹੈ ਇਹਦਾ ਆਪਾਂ ਨੂੰ ਹੁਣ ਫਾਇਦਾ ਮਿਲੇਗਾ ਜਾਂ ਨੁਕਸਾਨ ਹੋਏਗਾ? ਫਾਇਦਾ ਕੋਈ ਨਹੀਂ, ਨੁਕਸਾਨ ਹੈ। ਗਰਮੀ ਤੋਂ ਕਿੰਨੀ ਕੁ ਰਾਹਤ ਮਿਲੀ ਜੀ ਤੁਹਾਨੂੰ? ਗਰਮੀ ਤੋਂ ਕਾਹਦੀ ਰਾਹਤ ਆ, ਦੇਖ ਲਓ ਜੀ ਰਾਹਤ ਆ, 2 ਦਿਨ ਬਾਰਿਸ਼ ਪੈਂਦੀ ਹੈ ਜੀ, ਉਹਦੇ ਬਾਅਦ ਭੜਾ ਤਰੀਕਾ ਲਿਆਉਂਦੀ ਹੈ ਜੀ। ਦੇਖੋ ਜੀ ਇਹ ਜਿਹੜੀ ਬਰਸਾਤ ਆ ਇਹਦਾ ਜੇ ਕੁੱਲ ਮਿਲਾ ਕੇ ਦੇਖੀਏ ਨੁਕਸਾਨ ਵੀ ਆ ਫਾਇਦੇ ਵੀ ਨੇ। ਬੇਮੌਸਮੀ ਬਰਸਾਤ ਆ, ਪਹਿਲਾਂ ਜਦੋਂ ਬਰਸਾਤ ਦਾ ਟਾਈਮ ਸੀਗਾ ਉਦੋਂ ਬਰਸਾਤ ਨਹੀਂ ਪਈ, ਹੁਣ ਇਹ ਜਿਹੜੀ ਬਰਸਾਤ ਪੈ ਰਹੀ ਆ ਇਹਦਾ ਜੇ ਨੁਕਸਾਨ ਦੇਖੀਏ, ਜਿਹੜੀਆਂ ਗੇਤੀਆਂ ਫਸਲਾਂ ਨੇ ਜਿੱਦਾਂ ਜਿਨ੍ਹਾਂ ਨੇ ਆਲੂ ਲਾਉਣਾ ਸਬਜ਼ੀ ਦਾ ਕੰਮ ਕਰਦੇ ਨੇ ਉਹ ਪਹਿਲਾਂ ਬੀਜ ਦਿੰਦੇ ਨੇ ਅਤੇ ਪਹਿਲਾਂ ਵੱਢ ਕੇ ਆਲੂ ਵਗੈਰਾ ਸਬਜ਼ੀਆਂ ਲਾਉਂਦੇ ਨੇ, ਉਹਨਾਂ ਦੀਆਂ ਫਸਲਾਂ ਇਸ ਟਾਈਮ 'ਤੇ ਤਿਆਰ ਨੇ, ਕੋਈ ਨਸਾਰੇ 'ਤੇ ਆ, ਕੋਈ ਨਿਸਰ ਚੁੱਕੀ ਆ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਏ। ਫਸਲਾਂ ਡਿੱਗ ਵੀ ਰਹੀਆਂ ਨੇ ਕਿਉਂਕਿ ਸਿਰ 'ਤੇ ਵਜਨ ਸੀਗਾ, ਬਰਸਾਤ ਪੈ ਗਈ, ਥੋੜ੍ਹੀ ਬਹੁਤੀ ਹਵਾ ਵੀ ਚੱਲ ਗਈ, ਉਹਦੇ ਨਾਲ ਫਸਲਾਂ ਡਿੱਗ ਵੀ ਰਹੀਆਂ ਨੇ। ਖਾਸ ਕਰ ਜਿੱਦਾਂ ਬਾਂਸਪਤੀ ਵਰਾਇਟੀਆਂ ਨੇ 1509 ਹੋ ਗਈ, ਹੋਰ ਜਿਹੜੀਆਂ ਵੀ ਬਾਂਸਪਤੀ ਦੀਆਂ ਵਰਾਇਟੀਆਂ ਨੇ ਜਿਹੜੀਆਂ ਨਸਾਰੇ 'ਤੇ ਨੇ ਉਹ ਡਿੱਗ ਰਹੀਆਂ ਨੇ। ਸੱਬੀ ਝੋਨਾ ਏ ਜਿਹੜਾ ਉਹ ਨਿਸਰ ਰਿਹਾ ਏ, ਉਹਦਾ ਬੂਰ ਝੜ ਰਿਹਾ ਏ, ਝਾੜ 'ਤੇ ਵੀ ਫਰਕ ਪਊਗਾ, ਦਾਣਾ ਵੀ ਕਾਲਾ ਹੋਊਗਾ, ਉਹਦਾ ਵੀ ਨੁਕਸਾਨ ਹੋ ਰਿਹਾ ਏ। ਜੇ ਫਾਇਦਿਆਂ ਦੀ ਗੱਲ ਕਰੀਏ ਤਾਂ ਇਹਦਾ ਫਾਇਦਾ ਵੀ ਬੜਾ ਏ। ਜਿੱਦਾਂ ਬਹੁਤ ਸਾਰੀਆਂ ਜਿਹੜੀਆਂ ਪਸੇਤੀਆਂ ਵਰਾਇਟੀਆਂ ਸੀਗੀਆਂ ਉਹਨਾਂ 'ਤੇ ਸਪਰੇਅ ਚੱਲ ਰਹੀ ਸੀਗੀ, ਕਈ ਗੋਭ ਸੁੰਡੀ ਪੱਤਾ ਲਵੇਟ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਸੀਗੀਆਂ, ਕਿਸਾਨ ਸਪਰੇਅ ਕਰ ਰਹੇ ਸੀਗੇ, ਉਹਦੇ ਨਾਲੇ ਜਿਹੜੀ ਸੁੰਡੀ ਆ ਉਹ ਥੱਲੇ ਝੜ ਜਾਣੀ ਆ, ਪੱਤਾ ਲਵੇਟ ਦੀ ਸੁੰਡੀ ਹੋ ਗਈ, ਗੋਭ ਦੀ ਸੁੰਡੀ ਹੋ ਗਈ, ਗੋਭ 'ਚ ਪਾਣੀ ਪੈ ਜਾਣਾ, ਉਹ ਸੁੰਡੀ ਨੇ ਮਰ ਜਾਣਾ, ਫਾਇਦਾ ਵੀ ਬਹੁਤ ਹੋਇਆ ਏ। ਸਭ ਤੋਂ ਵੱਡਾ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਇਹ ਫਸਲ ਦਾ, ਜੇ ਅੱਜ ਦੇਖਦੇ ਹਾਂ ਅੱਜ ਤਾਂ ਇਹਦਾ ਬਹੁਤ ਜ਼ਿਆਦਾ ਨੁਕਸਾਨ ਲੱਗ ਰਿਹਾ ਹੋਊਗਾ, ਜਿਹੜੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ, ਪਰ ਆਉਣ ਵਾਲੇ ਟਾਈਮ 'ਚ ਇਹਦਾ ਫਾਇਦਾ ਵੀ ਹੈ। ਕਿ ਜੇ ਲੰਬੀ ਨਿਗਾਹ ਮਾਰੀਏ, ਬਰਸਾਤ ਦੇ ਕਾਰਨ ਮੋਟਰਾਂ ਬੰਦ ਹੋ ਗਈਆਂ ਨੇ, ਦਿਨ ਰਾਤ ਮੋਟਰਾਂ ਚੱਲਦੀਆਂ ਸੀਗੀਆਂ, ਕਿੰਨੀਆਂ ਮੋਟਰਾਂ ਨੇ ਪੰਜਾਬ ਦੇ ਵਿੱਚ, ਲਾਈਟ ਨਹੀਂ ਭੱਜਦੀ, ਲਾਈਟ ਪੂਰੀ ਪ੍ਰੋਪਰ ਆ ਰਹੀ ਆ, ਉਹਦੇ ਕਾਰਨ ਮੋਟਰਾਂ ਦੇ ਬਟਨ ਨੇ ਜਿਹੜੇ ਸੁੱਚਾਂ ਆਟੋਮੈਟਿਕ ਦੀਆਂ ਲੱਗੀਆਂ ਹੋਈਆਂ ਨੇ, ਦਿਨ ਰਾਤ ਚੱਲੀ ਜਾਂਦੀਆਂ ਨੇ, ਪਾਣੀ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਇਹ ਮੋਟਰਾਂ। ਜੇ 4 ਦਿਨ ਵੀ ਰੁਕ ਗਈਆਂ ਤਾਂ ਦੇਖ ਲਓ ਕਿੰਨਾ ਪਾਣੀ ਆ ਜਿਹੜਾ ਉਹ ਸਾਡਾ ਬਚੂਗਾ, ਜਿਹੜਾ ਧਰਤੀ 'ਚੋਂ ਨਿਕਲ ਰਿਹਾ ਸੀ। ਕੁੱਲ ਮਿਲਾ ਕੇ ਇਹਦਾ ਫਾਇਦਾ ਵੀ ਆ, ਨੁਕਸਾਨ ਵੀ ਆ, ਪਰ ਜਿਹੜੀ ਇਹ ਬਰਸਾਤ ਆ ਇਹ ਕੁਦਰਤ ਦੀ ਇੱਕ ਬਖਸ਼ਿਸ਼ ਹੈ ਜਿਹੜੀ ਹੋ ਰਹੀ ਆ। ਰੱਬ ਨੂੰ ਪਤਾ ਹੈ ਵੀ ਕਿਹੜੇ ਟਾਈਮ 'ਤੇ ਕਿਹੜੀ ਚੀਜ਼ ਦੀ ਲੋੜ ਆ, ਉਹਦੇ ਮੁਤਾਬਕ ਕੁਦਰਤ ਸਭ ਤੋਂ ਵੱਡੀ ਆ, ਕੁਦਰਤ ਆਪਣੇ ਹਿਸਾਬ ਨਾਲ ਚੱਲ ਰਹੀ ਆ। ਸੋ ਕੁੱਲ ਮਿਲਾ ਕੇ ਨੁਕਸਾਨ ਅਤੇ ਫਾਇਦੇ ਦੋਵੇਂ ਚੀਜ਼ਾਂ ਨੇ, ਫਾਇਦਾ ਮੈਨੂੰ ਜ਼ਿਆਦਾ ਲੱਗ ਰਿਹਾ ਇਹਦਾ, ਨੁਕਸਾਨ ਤਾਂ ਅੱਜ ਥੋੜ੍ਹਾ ਬਹੁਤਾ ਪੈਸੇ ਦਾ ਨੁਕਸਾਨ ਹੋ ਜੂਗਾ, ਪਰ ਆਉਣ ਵਾਲੇ ਟਾਈਮ 'ਚ ਪਾਣੀ ਦਾ ਬਹੁਤ ਵੱਡਾ ਫਾਇਦਾ ਇਹਦਾ। ਇਹਦਾ ਜੀ ਨੁਕਸਾਨ ਵੀ ਆ ਫਾਇਦਾ ਵੀ ਹੈ। ਨੁਕਸਾਨ ਇਹ ਹੈ
ਵੀ ਜਿਹੜਾ ਝੋਨਾ ਅਗੇਤਾ ਲਾਇਆ ਹੋਇਆ ਫਸਲ ਕਿ ਕਿਸੇ ਕਿਸਾਨਾਂ ਨੇ ਆਲੂ ਵਗੈਰਾ ਲਾਉਣੀ ਹੁੰਦੀ ਹੈ ਉਹ ਜਿਹਦੀ ਨਿਸਰ ਰਹੀ ਹੈ ਜੀ, ਉਹ 'ਤੇ ਜਦ ਬਾਰਿਸ਼ ਪੈ ਰਹੀ ਹੈ ਕਿਉਂਕਿ ਉਹ ਪੂਰੀ ਨਿਸਰ ਰਹੀ ਹੈ ਉਹ ਬਾਰਿਸ਼ ਨਾਲ ਨੁਕਸਾਨ ਹੁੰਦਾ ਜੀ, ਦਾਣਾ ਵੀ ਕਾਲਾ ਪੈ ਜਾਣਾ ਅਤੇ ਝਾੜ ਦਾ ਵੀ ਫਰਕ ਪਊਗਾ। ਅਤੇ ਬਾਕੀ ਜਿਹੜੀਆਂ ਪਛੇਤੀਆਂ ਨੇ ਜੀਰੀਆਂ ਜੀ ਉਹਨਾਂ 'ਤੇ ਸਪਰੇਅ ਹੋ ਰਹੀ ਹੈ ਜਿਵੇਂ ਗੋਭ ਸੁੰਡੀ ਦੀ ਲਾ ਲਓ ਹੋਰ ਲਾ ਲਓ, ਉਹਦਾ ਬਾਰਿਸ਼ ਕਰਕੇ ਉਹਦਾ ਵੀ ਰਾਹਤ ਮਿਲ ਗਈ ਕਿਸਾਨਾਂ ਨੂੰ ਵੀ। ਇਸ ਕਰਕੇ ਹੈਗਾ ਤਾਂ ਜ਼ਿਆਦਾ ਨੁਕਸਾਨ ਵੀ ਹੈ, ਕਈ ਕਿਸਾਨ ਵੀਰਾਂ ਨੇ ਆਲੂ ਲਾਉਣੇ ਹੁੰਦੇ ਨੇ ਗੇ ਇੱਥੇ ਉਹ ਹੁਣ ਅਗੇਤੀਆਂ ਵਰਾਇਟੀਆਂ ਨੇ ਨਿਸਰ ਰਹੀਆਂ ਨੇ, ਇਹ ਬਰਸਾਤ ਫਿਰ ਉਹਨਾਂ ਦਾ ਨੁਕਸਾਨ ਕਰਦੀ ਹੈ। ਕਈ ਝੋਨਾ ਡਿੱਗ ਵੀ ਪਿਆ ਜੀ, ਕਈ ਜਗ੍ਹਾ 'ਤੇ ਜ਼ਿਆਦਾ ਬਰਸਾਤ ਹੋ ਗਈ ਕਿਉਂਕਿ ਉਹ ਨਿਸਰਿਆ ਵਾਤੀ ਉਹਦੇ ਕਰਕੇ ਉਹ ਡਿੱਗ ਵੀ ਗਿਆ, ਉਹ ਜ਼ਿਆਦਾ ਨੁਕਸਾਨ ਹੋਇਆ।